हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦਿਸ ਇਜ਼ ਰਾਜ ਜੈਗੀ ਫਰੋਮ ਟੀਮ ਰਾਜ ਜੈਗੀ। ਅੱਜ ਹਰਕੀਰਤ ਸਿੰਘ ਮੇਰੇ ਨਾਲ ਜੁੜਨਾ ਚਾਹ ਰਿਹਾ ਸੀ ਤੇ ਪਤਾ ਨਹੀਂ ਕਿਤੇ ਬਿਜ਼ੀ ਹੋ ਗਿਆ, ਤੋ ਅੱਜ ਹੋਸਟ ਵੀ ਅਸੀਂ ਹਾਂ ਤੇ ਇੰਟਰਵਿਊ ਵੀ ਅਸੀਂ ਲੈ ਰਹੇ ਹਾਂ ਤੇ ਗੱਲਬਾਤ ਕਰਦੇ ਹਾਂ। ਵਿਲ ਟਰਾਈ ਟੂ ਗਿਵ ਯੂ ਆਨਸਰ। ਤੋ ਅੱਜ ਜਿਹੜਾ ਆਪਣਾ ਪ੍ਰੋਗਰਾਮ ਹੈਗਾ, ਪਹਿਲਾਂ ਤਾਂ ਮੈਂ ਜਿਹੜੇ ਵੀ ਕਿਸਾਨ ਸੰਘਰਸ਼ ਨਾਲ ਜੁੜੇ ਹੋਏ ਨੇ ਤੇ ਆਪਣਾ ਮਜ਼ਦੂਰ ਬੰਦਿਆਂ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਆਪਣਾ ਤੇ ਆਪਣੀ ਟੀਮ ਵੱਲੋਂ ਸਮਰਥਨ ਦੇਣਾ ਤੇ ਆਈ ਵਿਸ਼ ਦੈਮ ਆਲ ਦਾ ਵੈਰੀ ਬੈਸਟ। ਜੋ ਵੀ ਸਰਕਾਰ ਉਹਨਾਂ ਨੂੰ ਤੋੜਨ ਲਈ ਕੋਸ਼ਿਸ਼ਾਂ ਕਰ ਰਹੀਆਂ ਨੇ, ਤੋ ਮੇਰੀ ਤਾਂ ਇਹੀ ਮੈਸੇਜ ਹੈ ਕਿ ਡਟੇ ਰਹੋ, ਮੋਰਚਾ ਆਪਣੇ ਕੋਲ ਹੀ ਆਉਣਾ ਤੇ ਜਲਦੀ ਜਲਦੀ ਆਪਾਂ ਫਤਿਹ ਕਰਾਂਗੇ। ਤੋ ਮੇਰੀ ਉਹਨਾਂ ਬੰਦਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਬੰਦੇ ਡਰ ਕੇ ਜਾਂ ਕਿਸੇ ਤਰੀਕੇ ਨਾਲ ਘਰਾਂ 'ਚ ਆ ਗਏ ਨੇ, ਤੋ ਮੇਰਾ ਖਿਆਲ ਹੈ ਮੋਰਚੇ 'ਤੇ ਡਟ ਜਾਓ ਤੇ ਜਲਦੀ ਕੰਮ ਹੋ ਜਾਏਗਾ। ਸੋ ਪਿਛਲਾ ਵੀਕ ਸਾਰਾ ਉਹਨਾਂ ਇੰਡੀਆ ਤੋਂ ਵੀ ਖਬਰਾਂ ਆਉਂਦੀਆਂ ਰਹੀਆਂ, ਇੱਥੋਂ ਵੀ ਫਰੈਂਡ ਵਗੈਰਾ ਜੁੜੇ ਰਹੇ ਤੇ ਵੀ ਵਰ ਡਿਸਕਸਿੰਗ ਕੀ ਹੋ ਸਕਦਾ ਹੈ ਕਿ ਇਸ ਇਹ ਮੌਕਾ ਇਹੋ ਜਿਹਾ ਹੈਗਾ ਕਿ ਪਹਿਲੀ ਵਾਰ ਆਪਣੀ ਸਾਰੀ ਕਮਿਊਨਿਟੀ ਇਕੱਠੀ ਹੋਈ ਹੈ, ਸਾਰੇ ਆ ਕਿਸਾਨ ਯੂਨੀਅਨ ਸਾਰਾ ਹਿੰਦੁਸਤਾਨ ਇਕੱਠਾ ਹੋਇਆ ਤੇ ਗੌਰਮੈਂਟ ਜਿਹੜੀ ਚਾਹੁੰਦੀ ਹੈ ਕਿ ਉਹ ਇਹ ਇੱਕ ਵਾਰ ਮੂਵਿੰਗ ਬਣ ਗਈ ਤੇ ਅੱਜ ਉਹ ਇੱਥੇ ਰਹਿ ਗਈ ਤਾਂ ਉਹ ਹਰ ਥਾਂ ਦੇ ਉੱਤੇ ਫੇਲ ਹੋਏਗੀ। ਤੋ ਉਹ ਸਾਰਾ ਕੁਛ ਹੀ ਆਪਣਾ ਚਾਹ ਰਹੇ ਨੇ ਕਿ ਇਸ ਮੁਹਿੰਮ ਨੂੰ ਫੇਲ ਕੀਤਾ ਜਾਵੇ, ਤੇ ਮੇਰੀ ਦਿਲੋਂ ਸਾਰਿਆਂ ਅੱਗੇ ਇਹੀ ਅਰਦਾਸ ਹੈ ਵਾਹਿਗੁਰੂ ਲੋਕ ਕਿ ਸਾਰੇ ਬੰਦੇ ਡਟ ਕੇ ਰਹੋ ਤੇ ਮੋਰਚਾ ਆਪਣੇ ਕੋਲ ਆ ਜਾਏਗਾ ਹੌਲੀ ਹੌਲੀ, ਟਾਈਮ ਲੱਗਦਾ ਹੈ, ਕੰਮ ਠੀਕ ਹੋ ਜਾਏਗਾ। ਸੋ ਐਸ ਦਾ ਮਾਰਕੀਟ ਨੋਸ, ਮੈਂ ਇੱਕ ਵੀਡੀਓ ਵੀ ਭੇਜੀ ਹੋਈ ਹੈ, ਹੁਣੇ ਚਲਾਵਾਂਗੇ। ਉਸ ਵੀਡੀਓ ਵਿੱਚ ਮੈਂ ਦੱਸਿਆ ਹੈਗਾ ਕਿ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਇਨਵੈਂਟਰੀ ਦੀ ਘਾਟ ਹੋ ਗਈ ਹੈ। ਸੋ ਮਾਰਕੀਟਾਂ ਸਾਰੀਆਂ ਪਾਸੇ ਕਿਤੇ 15% 16% ਮਾਰਕੀਟ ਅਪ ਹੋ ਚੁੱਕੀ ਹੈਗੀ ਹੈ ਤੇ ਬੰਦੇ ਕਈ ਵਾਰੀ ਦੋ ਚਿੱਤੇ ਪਏ ਹੋਏ ਨੇ ਕਿ ਅਸੀਂ ਘਰ ਵੇਚੀਏ ਜਾਂ ਨਾ ਵੇਚੀਏ। ਜਿੱਦਾਂ ਪਹਿਲਾਂ ਕੋਵਿਡ ਕਰਕੇ ਬੰਦੇ ਸੋਚ ਰਹੇ ਸੀ, ਹੁਣ ਇਹ ਸੋਚ ਰਹੇ ਨੇ ਕਿ ਕੀ ਹੋਏਗਾ ਮਾਰਕੀਟ ਦੇ ਵਿੱਚ। ਐਜ਼ ਅ ਰੀਅਲ ਸਟੇਟ ਪ੍ਰੋਫੈਸ਼ਨਲ ਮੈਂ ਤੁਹਾਡੇ ਨਾਲ ਜੁੜਿਆ ਰਹਿੰਦਾ, ਪਿਛਲੇ ਸਾਲ ਤੋਂ ਵੱਧ ਸਮੇਂ ਨਾਲ ਲੱਗਿਆ ਰਿਹਾ ਤੇ ਮੈਨੂੰ ਬਹੁਤ ਸਾਰੇ ਬੰਦੇ ਕਾਲਾਂ ਕਰਦੇ ਨੇ ਤੇ ਫ੍ਰੀ ਐਡਵਾਈਸ ਵੀ ਲੈਂਦੇ ਨੇ। ਨੰਬਰ ਮੇਰਾ ਚਲਾ ਦਿਓ ਜੀ ਸੁੱਖਾ ਜੀ, 5165483020 ਤੇ ਮੇਰਾ ਨੰਬਰ ਹੈਗਾ, ਕਿਸੇ ਨੂੰ ਵੀ ਇੱਥੇ ਲੱਗਿਆ ਰਹਿਣ ਦਿਓ ਤੇ ਇਹ ਕਿਸੇ ਨੂੰ ਵੀ ਕਿਸੇ ਕਿਸਮ ਦੀ ਐਡਵਾਈਸ ਚਾਹੀਦੀ ਹੈ ਇਸ ਨੰਬਰ ਤੇ ਕਾਲ ਕਰੋ। ਜਿੱਦਾਂ ਤੁਹਾਡੇ ਬਹੁਤ ਸਾਰੇ ਫਰੈਂਡ ਜਿਹੜੇ ਮੈਨੂੰ ਇਹ ਦੇਖ ਰਹੇ ਨੇ ਤੇ ਮੈਨੂੰ ਕਾਲ ਕਰਦੇ ਨੇ ਤੇ ਮੈਂ ਉਹਨਾਂ ਨੂੰ ਐਡਵਾਈਸ ਵੀ ਦੇਣਾ ਤੇ ਮੇਰੀ ਐਡਵਾਈਸ ਫ੍ਰੀ ਹੈਗੀ ਸਾਰਿਆਂ ਵਾਸਤੇ। ਤੋ ਅੱਜ ਜਿਹੜੀ ਹੈਗੀ ਆ ਮੇਰੀ, ਮੈਂ ਪਿਛਲੀ ਵਾਰ ਸੈਲਰਸ ਵਾਸਤੇ ਕਰਿਆ ਸੀ, ਉਸ ਤੋਂ ਪਹਿਲਾਂ ਬਾਇਰ ਵਾਸਤੇ, ਇਸ ਵਾਰ ਜਿਹੜੀਆਂ ਹੈਗੀਆਂ ਨੇ ਮੈਂ ਜਾ ਰਿਹਾ ਕਿ ਬਾਇਰ ਦੀਆਂ ਟ੍ਰੈਪਸ ਕੀ ਹੁੰਦੀਆਂ ਨੇ। ਜਦੋਂ ਵੀ ਸਪੈਸ਼ਲੀ ਜਦੋਂ ਤੁਸੀਂ ਆਪਣਾ ਘਰ ਵੇਚ ਰਹੇ ਹੋ, ਤਿੰਨ ਤਰ੍ਹਾਂ ਦੇ ਬਾਇਰ ਹੁੰਦੇ ਨੇ। ਪਹਿਲਾ ਬਾਇਰ ਹੁੰਦਾ ਫਸਟ ਟਾਈਮ ਹੋਮ ਬਾਇਰ, ਦੂਜਾ ਬਾਇਰ ਹੁੰਦਾ ਹੈਗਾ ਜਿਹੜੇ ਮੂਵ ਅਪ ਬਾਇਰ ਹੁੰਦੇ ਨੇ, ਜਿਹਨਾਂ ਨੇ ਛੋਟੇ ਤੋਂ ਵੱਡਾ ਲੈਣਾ ਜਾਂ ਵੱਡੇ ਤੋਂ ਛੋਟਾ ਲੈਣਾ। ਤੀਜਾ ਬਾਇਰ ਇਹ ਹੁੰਦਾ ਹੈ ਕਿ ਇਨਵੈਸਟਰ। ਸੋ ਹਰ ਤਰ੍ਹਾਂ ਦੇ ਬਾਇਰ ਹੁੰਦੇ ਨੇ ਤੇ ਅੱਜ ਜਿਹੜੇ ਬਾਇਰ, ਜਿੱਦਾਂ ਕਈ ਬੰਦੇ ਘਰ ਵੇਚ ਕੇ ਸਾਡੇ ਨਾਲ ਘਰ ਲੈਂਦੇ ਨੇ ਤੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਧਿਆਨ ਰੱਖਣੀਆਂ ਚਾਹੀਦੀਆਂ ਨੇ, ਉਹਦੇ ਬਾਰੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ। ਮੈਨੂੰ ਬੜੇ ਅੱਛਾ ਲੱਗਦਾ ਜਦੋਂ ਤੁਸੀਂ ਕਾਲਾਂ ਕਰਦੇ ਹੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਆਪ ਕਾਲ ਕਰਦਾ, ਤੁਹਾਨੂੰ ਸਾਰਿਆਂ ਨੂੰ ਆਪ ਕਾਲ ਕਰਦਾ, ਠੀਕ ਹੈ। ਅਮਰਿੰਦਰ ਸਿੰਘ ਜੀ ਉੱਧਰ ਮੇਰੇ ਆਫਿਸ 'ਚ ਆਏ ਸੀ, ਹਰਨੇਕ ਸਿੰਘ ਆ ਕੇ ਗਏ ਨੇ, ਮੈਨੂੰ ਆਪ ਨਰਿੰਦਰ ਵਾਲੀਆ ਸਾਹਿਬ ਨਾਲ ਗੱਲਬਾਤ ਚੱਲ ਰਹੀ ਹੈ, ਤੇ ਸੁਰਿੰਦਰ ਜੀ ਉਹਨਾਂ ਦਾ ਘਰ ਅਸੀਂ ਵੇਚ ਰਹੇ ਹਾਂ, ਤੇ ਕਾਲਾ ਸਿੰਘ ਦਾ ਘਰ ਅਸੀਂ ਰਿਚਮੰਡ ਵਿੱਚ ਵੇਚ ਰਹੇ ਹਾਂ, ਤੇ ਸੁੱਖੇ ਦਾ ਘਰ ਵੀ ਅਜੇ ਹੁਣ ਵੇਚ ਰਹੇ ਹਾਂ, ਸੁਖਚੈਨ ਸਿੰਘ। ਸੋ ਤੁਹਾਡਾ ਜਿੱਦਾਂ ਪਿਆਰ ਦੇ ਰਹੇ ਹੋ, ਬੜਾ ਅੱਛਾ ਲੱਗਦਾ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਅਸੀਂ ਤੁਹਾਡੀ ਹੈਲਪ ਕਰ ਰਹੇ ਹਾਂ। ਸੋ ਅੱਜ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ 9 ਜਿਹੜੀਆਂ ਬਾਇਰ ਦੀ ਟ੍ਰੈਪ ਹੁੰਦੀਆਂ ਨੇ, ਕਿ ਬਿਡਿੰਗ ਜਿਹੜੀਆਂ ਹੈਗੀਆਂ ਨੇ, ਬਿਡਿੰਗ ਵਾਰ ਚੱਲ ਰਹੀ ਹੈ ਅੱਜ ਕੱਲ੍ਹ। ਜਿੱਦਾਂ ਮਾਰਕੀਟ ਹੌਟ ਹੈ, ਤੋ ਇੱਕ ਘਰ ਦੇ ਉੱਤੇ 5-5, 10-10 ਆਫਰਾਂ ਆਉਂਦੀਆਂ ਨੇ। ਸੋ ਮੇਕ ਸ਼ੋਰ ਕਰੋ ਕਿ ਤੁਸੀਂ ਬਿਡਿੰਗ ਦੇ ਟ੍ਰੈਪ ਦੇ ਵਿੱਚ ਨਾ ਫਸ ਜਾਓ, ਸਿਰਫ ਓਨੇ ਤੱਕ ਜਾਓ ਜਿੰਨੇ ਤੱਕ ਤੁਹਾਡੀ ਮੋਰਗੇਜ ਅਪਰੂਵਲ ਹੁੰਦੀ ਹੈ ਤੇ ਜਿੰਨਾ ਕੁ ਤੁਸੀਂ ਅਫੋਰਡ ਕਰ ਸਕਦੇ ਹੋ। ਦੈਟਸ ਦਾ ਨੰਬਰ 1 ਥਿੰਗ ਕਿ ਹਾਂ, ਘਰ ਪਸੰਦ ਆਉਂਦਾ ਜ਼ਰੂਰੀ, ਉਹੀ ਘਰ ਨਹੀਂ ਹੈ ਕਿ ਉਹੀ ਘਰ ਹੈਗਾ, ਹੋਰ ਵੀ ਘਰ ਆ ਜਾਂਦੇ ਨੇ। ਤੋ ਮੇਕ ਸ਼ੋਰ ਯੂ ਆਰ ਨੋਟ ਗੈਟਿੰਗ ਔਨ ਦਾ ਟ੍ਰੈਪ ਔਨ ਬਿਡਿੰਗ ਵਾਰ ਦੇ ਵਿੱਚ। ਤੇ ਜਦੋਂ ਇੱਕ ਦੂਜਾ ਬਾਇੰਗ ਏ ਰੋਂਗ ਹੋਮ, ਬਈ ਜਿਹੜੇ ਬੰਦੇ, ਮੇਰੇ ਕੋਲ ਮੈਂ ਨਾਂ ਨਹੀਂ ਲੈਂਦਾ, ਬੰਦੇ ਆਏ ਸੀ 25 ਸਾਲ ਤੋਂ 30 ਸਾਲ ਤੋਂ ਇੱਥੇ ਰਹਿ ਰਹੇ ਨੇ, ਘਰ ਨਹੀਂ ਲਿਆ, ਨਾਓ ਦੇ ਆਰ ਵੈਰੀ ਐਕਸਾਈਟਿਡ
ਕਹਿੰਦੇ ਜੀ ਘਰ ਲੈ ਜਾਓ ਕੋਈ ਵੀ ਲੈ ਜਾਓ। ਮੈਂ ਕਿਹਾ ਨਹੀਂ ਮੈਂ ਕੋਈ ਵੀ ਨਹੀਂ ਲੈ ਕੇ ਦਿਆਂਗਾ, ਮੈਂ ਉਹਨਾਂ ਨੂੰ ਉਹਨਾਂ ਦੀ ਵਾਈਫ ਆ ਰਹੇ ਨੇ ਮੇਰੇ ਕੋਲ ਕੱਲ੍ਹ ਅਤੇ ਅਸੀਂ ਫੈਮਿਲੀ ਨਾਲ ਬੈਠ ਰਹੇ ਹਾਂ। ਤੋ ਅਸੀਂ ਉਹਨਾਂ ਨੂੰ ਇਹ ਦੱਸ ਰਿਹਾ ਕਿ ਪਹਿਲਾਂ ਤੁਸੀਂ ਮੈਨੂੰ ਦੱਸੋ ਤੁਹਾਡੀ ਰਿਕੁਆਇਰਮੈਂਟ ਕੀ ਹੈਗੀ ਹੈ। ਜੇ ਤੁਹਾਡੀ 4 ਜਾਂ 5 ਬੈਡਰੂਮ ਦੀ ਰਿਕੁਆਇਰਮੈਂਟ ਹੈ, ਅਸੀਂ ਤੁਹਾਨੂੰ ਸਿਰਫ ਉਹੀ ਘਰ ਦਿਖਾਵਾਂਗੇ ਅਤੇ ਕਿੰਨਾ ਤੁਸੀਂ ਅਫੋਰਡ ਕਰ ਸਕਦੇ ਹੈਗੇ ਹੋ। ਸੋ ਕਦੇ ਵੀ ਤੁਸੀਂ ਕੋਈ ਸ਼ਰਟ ਤਾਂ ਬਾਏ ਨਹੀਂ ਕਰ ਰਹੇ ਜਿਹੜੀ ਤੁਸੀਂ ਅੱਜ ਬਾਏ ਕਰ ਲਈ ਅਤੇ ਕੱਲ੍ਹ ਤੁਸੀਂ ਵਾਪਸ ਕਰਾਓਗੇ। ਤੋ ਤੁਸੀਂ ਲੌਂਗ ਟਰਮ ਕਮਿਟਮੈਂਟ ਕਰ ਰਹੇ ਹੋ, ਤੋ ਮੇਕ ਸ਼ੋਰ ਕਰੋ ਕਿ ਜਿਹੜਾ ਤੁਸੀਂ ਘਰ ਬਾਏ ਕਰ ਰਹੇ ਹੋ ਉਹ ਤੁਹਾਡੇ ਵਾਸਤੇ ਬਣਿਆ ਅਤੇ ਤੁਸੀਂ ਉਹਨੂੰ ਅਫੋਰਡ ਕਰ ਸਕਦੇ ਹੈਗੇ ਹੋ, ਠੀਕ ਹੈ। ਉਸ ਤੋਂ ਬਾਅਦ ਕਲੀਅਰ ਟਾਈਟਲ ਹੁੰਦਾ ਜਿਹਦੇ ਵੀ ਇੱਥੇ ਜਦੋਂ ਵੀ ਤੁਸੀਂ ਆਪਾਂ ਘਰ ਲੈਂਦੇ ਹਾਂ ਸਪੈਸ਼ਲੀ ਉਹਦਾ ਟਾਈਟਲ ਜ਼ਰੂਰ ਕਲੀਅਰ ਹੋਣਾ ਚਾਹੀਦਾ ਹੈਗਾ ਤੁਹਾਡਾ, ਸਪੈਸ਼ਲੀ ਤੁਹਾਡੇ ਕੋਲ ਜਿਹੜਾ ਅਟਰਨੀ ਤੁਹਾਡਾ ਉਹੋ ਜਿਹਾ ਹੋਣਾ ਚਾਹੀਦਾ ਜਿਹੜਾ ਮੇਕ ਸ਼ੋਰ ਕਰੇ ਕਿ ਤੁਹਾਡਾ ਟਾਈਟਲ ਜਿਹੜਾ ਹੈਗਾ ਕਲੀਅਰ ਹੈਗਾ। ਅਤੇ ਜਦ ਤੱਕ ਕਲੀਅਰ ਟਾਈਟਲ ਨਹੀਂ ਹੈ, ਈਵਨ ਤੁਸੀਂ ਕੈਸ਼ ਵੀ ਬਾਏ ਕਰਦੇ ਹੋ, ਪਲੀਜ਼ ਡੋਂਟ ਬਾਏ, ਕਿਉਂਕਿ ਟਾਈਟਲ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਉਹ ਦੱਸਦੀ ਹੈ ਕਿ ਕੱਲ੍ਹ ਨੂੰ ਅੱਜ ਇੱਕ ਬੰਦਾ ਘਰ ਵੇਚ ਰਿਹਾ ਉਹ ਚਲਾ ਗਿਆ, 10 ਸਾਲ ਬਾਅਦ ਕੋਈ ਦੂਜਾ ਬੰਦਾ ਆ ਗਿਆ ਕਹੇਗਾ ਜੀ ਮੈਂ ਵੀ ਇਸ ਘਰ ਦਾ ਮਾਲਕ ਸੀ। ਉਹ ਜਿਹੜੀ ਟਾਈਟਲ ਇੰਸ਼ੋਰੈਂਸ ਹੈ ਤੁਹਾਨੂੰ ਪ੍ਰੋਟੈਕਟ ਕਰਦੀ ਹੈ, ਮੇਕ ਸ਼ੋਰ ਯੂ ਹੈਵ ਅ ਰਾਈਟ ਟਾਈਟਲ ਇੰਸ਼ੋਰੈਂਸ ਔਨ ਯੂਰ ਹਾਊਸ। ਸੇਮ ਥਿੰਗ ਸਰਵੇ, ਜਦੋਂ ਤੁਸੀਂ ਸਪੈਸ਼ਲੀ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਜਗ੍ਹਾ ਬੰਦ ਕਰਦੇ, ਮੇਕ ਸ਼ੋਰ ਸਰਵੇ ਜਿਹੜਾ ਹੈਗਾ ਪ੍ਰਾਪਰਟੀ ਦਾ ਹੈਗਾ। ਇੱਥੇ ਕੋਈ ਇਹੋ ਜਿਹਾ ਪੱਕਾ ਤਾਂ ਹੈ ਨਹੀਂ ਕਿ ਹਾਂਜੀ ਕੋਈ ਵੱਟ ਪਿੱਛੇ ਲੜਦਾ, ਬਟ ਮੇਕ ਸ਼ੋਰ ਜਿਹੜਾ ਤੁਹਾਡੀ ਪ੍ਰਾਪਰਟੀ ਹੈ ਉਹਦੀ ਬਾਉਂਡਰੀ ਲਾਈਨ ਜਿਹੜੀ ਹੈ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ। ਤੁਹਾਡੀ ਪ੍ਰਾਪਰਟੀ ਕਿਸੇ ਨਾਲ ਦੇ ਪੜੋਸੀ ਦੇ ਚ ਨਹੀਂ ਗਈ ਹੋਣੀ ਚਾਹੀਦੀ ਜਾਂ ਉਹਦੀ ਤੁਹਾਡੇ ਕੋਲ ਨਹੀਂ ਆਈ ਹੋਣੀ ਚਾਹੀਦੀ। ਤੋ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਸਰਵੇ ਜਿਹੜਾ ਹੈਗਾ ਉਹ ਪ੍ਰੋਪਰ ਮੈਂਸ਼ਨ ਕਰਦਾ ਹੈ ਕਿ ਤੁਸੀਂ ਹੈਗਾ। ਅਤੇ ਉਸ ਤੋਂ ਬਾਅਦ ਹੈਗਾ ਅਨਡਿਸਕਲੋਜ਼ ਫਿਕਸਅਪਸ। ਤੋ ਕਈ ਵਾਰੀ ਤੁਸੀਂ ਦੇਖਦੇ ਹੋ ਕਿ ਘਰ ਸਜਾਇਆ ਰੱਖਿਆ ਹੁੰਦਾ, ਸੁਰਖੀ ਬਿੰਦੀ ਲਾਈ ਹੁੰਦੀ ਹੈਗੀ ਹੈ। ਸੋ ਉਸ ਟੈਪ ਦੇ ਵਿੱਚ ਨਾ ਆਓ, ਮੇਕ ਸ਼ੋਰ ਕਰੋ ਕਿ ਘਰ ਦੀ ਜਿਹੜਾ ਜੇ ਘਰ 50 ਸਾਲ ਪੁਰਾਣਾ ਹੈ ਅਤੇ ਉਹਦਾ ਬੇਸ ਵੀ ਪੁਰਾਣਾ ਸਾਲ, ਬਟ ਅਗਰ ਕਿਚਨ ਨਵੀਂ ਹੈ ਤਾਂ ਵਾਕਈ ਸਾਰੀ ਨਵੀਂ ਹੈ ਕਿ ਖਾਲੀ ਉਹਦੀਆਂ ਕੈਬਨਿਟਾਂ ਚੇਂਜ ਕਰਤੀਆਂ। ਸੋ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ, ਬਹੁਤ ਧਿਆਨ ਦੇਣਾ ਪੈਂਦਾ, ਮਿਨਿਊਟ ਧਿਆਨ ਦੇਣਾ ਪੈਂਦਾ ਹੈਗਾ ਇਹਨਾਂ ਚੀਜ਼ਾਂ 'ਚ, ਠੀਕ ਹੈ। ਅਤੇ ਸੁੱਖੇ ਮੈਂ ਜਿਹੜੀ ਵੀਡੀਓ ਭੇਜੀ ਹੈਗੀ ਉਹ ਵੀ ਚਲਾ ਦੇ, ਫਿਰ ਉਸ ਤੋਂ ਬਾਅਦ ਜਿਹੜੀਆਂ ਬਾਕੀ ਵੀ ਗੱਲਾਂ ਜਿਹੜੀਆਂ ਉਹਨਾਂ ਨਾਲ ਆਪਾਂ ਕਰਾਂਗੇ। ਤੋ ਜਿਹੜੀ ਵੀਡੀਓ ਹੈਗੀ 2-3 ਮਿੰਟ ਦੀ ਉਹ ਚਲਾ ਦਿਓ ਅਤੇ ਫਿਰ ਮੈਂ ਤੁਹਾਡੇ ਕੋਲ ਦੁਬਾਰਾ ਆਉਂਦਾ। ਸੁੱਖੇ ਚਲਾਇਓ ਜਿਹੜਾ ਵੀਡੀਓ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਦਿਸ ਇਜ਼ ਰਾਜ ਜੱਗੀ ਫਰੋਮ ਟੀਮ ਰਾਜ ਜੱਗੀ, ਯੋਰ ਹੋਮ ਸੋਲ ਗਰੰਟੀ ਵਿਲ ਬਾਏ ਇਟ। ਸੋ ਅੱਜ ਮੈਂ ਤੁਹਾਨੂੰ ਇਹ ਮੈਸੇਜ ਦੇ ਰਿਹਾ, ਮੈਂ ਸਪੈਸ਼ਲੀ ਅੱਜ ਫੇਸਬੁੱਕ 'ਤੇ ਵੀ ਸ਼ੁਰੂ ਕਰ ਰਿਹਾ ਅਤੇ ਤੁਹਾਡੇ ਜਸ ਪੰਜਾਬੀ ਦੇ 'ਤੇ ਵੀ ਮੈਸੇਜ ਦੇ ਰਿਹਾ ਕਿ ਮੇਰੇ ਕੋਲ ਬਹੁਤ ਜ਼ਿਆਦਾ ਡਿਮਾਂਡ ਆਈ ਹੈ ਕਿ ਪੀਪਲ ਆਰ ਕਮਿੰਗ ਫਰੋਮ ਮਨਹਟਨ ਐਂਡ ਦਾ ਅਦਰ ਏਰੀਆ, ਦੇ ਵਾਂਟ ਟੂ ਮੂਵ ਇਨ ਦੀਸ ਸਪੈਸੀਫਿਕ ਏਰੀਆ, ਰਿਚਮੰਡ ਹਿੱਲ, ਫਲੋਰਲ ਪਾਰਕ, ਜਮੈਕਾ, ਫਲਸ਼ਿੰਗ। ਸੋ ਮੇਰੇ ਤੁਹਾਡਾ ਅਗਰ ਘਰ 2 ਫੈਮਿਲੀ 3 ਫੈਮਿਲੀ 4 ਫੈਮਿਲੀ ਹੈਗਾ ਅਤੇ ਸਾਡੇ ਕੋਲ ਕੈਸ਼ ਬਾਇਰ ਹੈਗੇ ਨੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਮੂਵ ਕਰਨਾ ਚਾਹੁੰਦੇ ਨੇ, ਅਗਰ ਤੁਹਾਡਾ ਘਰ ਇਸ ਦੇ ਵਿੱਚ ਆਉਂਦਾ, ਕੋਈ ਵੀ 1 ਫੈਮਿਲੀ ਵੀ ਬਾਏ ਕਰਨਗੇ ਬਟ ਮੋਸਟਲੀ ਜਿਹੜੇ ਇਨਵੈਸਟਰ ਨੇ ਆਲ ਕੈਸ਼ ਇਨਵੈਸਟਰ ਹੈਗੇ ਨੇ, ਅਗਰ ਤੁਹਾਡਾ ਘਰ ਤੁਸੀਂ ਪਲਾਨ ਕਰ ਰਹੇ ਹੋ ਵੇਚਣ ਵਾਸਤੇ, ਤਾਂ ਪਲੀਜ਼ ਫੀਲ ਫਰੀ ਟੂ ਕਾਲ ਦਿਸ ਨੰਬਰ ਜਿਹੜਾ ਟੀਵੀ ਸਕਰੀਨ 'ਤੇ ਚੱਲ ਰਿਹਾ ਹੈਗਾ, ਅਤੇ ਫਰੀ ਮਾਰਕੀਟ ਵੈਲਿਊ ਦੇਵਾਂਗੇ ਅਤੇ ਟੋਪ ਡਾਲਰ ਲੈ ਕੇ ਦੇਵਾਂਗੇ। ਦੈਟਸ ਵਟ ਮੇਰੀ ਗਰੰਟੀ ਹੁੰਦੀ ਹੈ ਕਿ ਸੈਲਰ ਨੂੰ ਟੋਪ ਡਾਲਰ ਲੈ ਕੇ ਦੇਵਾਂਗੇ। ਅਗਰ ਤੁਸੀਂ ਆਪਣਾ ਘਰ ਉੱਧਰ ਕੁਈਨਸ ਦੇ ਵਿੱਚ ਵੇਚਣਾ ਹੈ, ਲੌਂਗ ਆਈਲੈਂਡ 'ਚ ਮੂਵ ਹੋਣਾ ਹੈ, ਅਤੇ ਅਸੀਂ ਤੁਹਾਡੀ ਸਵਾਈਪ ਕਰ ਸਕਦੇ ਹਾਂ ਕਿ ਤੁਹਾਡਾ ਘਰ ਉੱਥੇ ਬਾਏ ਕਰਕੇ ਤੁਹਾਨੂੰ ਇੱਥੇ ਲੌਂਗ ਆਈਲੈਂਡ ਦੇ ਵਿੱਚ ਲੈ ਕੇ ਦੇਵਾਂਗੇ। ਤੋ ਇਹ ਮੇਰਾ ਮੈਸੇਜ ਹੈਗਾ, ਅਗਰ ਤੁਹਾਨੂੰ ਕੋਈ ਫਰੈਂਡ ਹੈ ਜਿਹੜਾ ਬੰਦਾ ਘਰ ਵੇਚਣਾ ਚਾਹੁੰਦਾ ਹੈਗਾ ਅਤੇ ਵੇਚ ਨਹੀਂ ਪਾ ਰਿਹਾ ਅਤੇ ਮੁਸ਼ਕਲ ਹੋ ਰਹੀ ਹੈ, ਅਤੇ ਉਹਨਾਂ ਨੂੰ ਵੀ ਮੇਰਾ ਤੁਸੀਂ ਨੰਬਰ ਦੇ ਸਕਦੇ ਹੋ, ਅਤੇ ਆਈ ਵਿਲ ਡੈਫੀਨੇਟਲੀ ਹੈਲਪ ਦੈਮ, ਆਈ ਨੀਡ ਯੋਰ ਹੈਲਪ। ਜਿਹੜੇ ਵੀ ਬੰਦੇ ਮੇਰੇ ਜਸ ਪੰਜਾਬੀ ਦੇ ਦੇਖ ਰਹੇ ਨੇ, ਆਈ ਨੀਡ ਯੋਰ ਹੈਲਪ। ਅਗਰ ਕਿਸੇ ਬੰਦੇ ਨੇ ਆਪਣਾ ਘਰ ਵੇਚਣਾ ਹੈਗਾ ਅਤੇ ਟੋਪ ਡਾਲਰ ਚਾਹੀਦੇ ਨੇ, ਅਤੇ ਸਾਡਾ ਨਾਂ ਲੈ ਦਿਓ ਅਤੇ ਆਪਣਾ ਨਾਂ ਦੇ ਦਿਓ ਅਤੇ ਤੁਸੀਂ ਸਾਡੇ ਰੇਵਿੰਗ ਫੈਨ ਦੇ ਵਿੱਚ ਵੀ ਆ ਜਾਓਗੇ। ਅਤੇ ਤੁਹਾਨੂੰ ਪਤਾ ਮੈਂ ਹਰ ਫਰਾਈਡੇ ਆਉਂਦਾ ਤੁਹਾਡੇ ਕੋਲ, ਅਤੇ ਇਟ ਵਿਲ ਗ੍ਰੇਟ ਹੈਲਪ ਫੋਰ ਮੀ ਐਂਡ ਫੋਰ ਦਾ ਅਦਰ ਪੀਪਲ ਹੂ ਵਾਂਟ ਟੂ ਮੂਵ, ਜਿਹਨਾਂ ਬੰਦਿਆਂ ਨੇ ਘਰ ਵੇਚਣਾ, ਟੋਪ ਡਾਲਰ ਨਹੀਂ ਉਹਨਾਂ ਨੂੰ ਘਰਾਂ ਦੇ ਮਿਲ ਰਹੇ, ਅਤੇ ਤੁਸੀਂ ਮੇਰਾ ਨੰਬਰ ਉਹਨਾਂ ਨੂੰ ਦੇ ਦਿਓ ਜਿਹੜਾ ਚੱਲ ਰਿਹਾ ਟੀਵੀ ਦੇ ਉੱਤੇ, ਅਤੇ ਮੈਂ ਉਹਨਾਂ ਦੀ ਤੁਹਾਡੀ ਵੀ ਬੜੀ ਹੋਏਗੀ, ਤੁਸੀਂ ਮੇਰੀ ਫੈਮਿਲੀ 'ਚ ਆ ਜਾਓਗੇ, ਮੈਂ ਤੁਹਾਡੀ ਫੈਮਿਲੀ ਦੇ ਵਿੱਚ ਤਾਂ ਆਉਂਦਾ ਹੀ ਹਾਂ ਹਰ ਫਰਾਈਡੇ। ਤੋ ਮੈਂ ਕਿਹਾ ਚਲੋ ਇਹ ਮੈਸੇਜ ਤੁਹਾਨੂੰ ਆਪਣੀ ਜਸ ਪੰਜਾਬੀ ਦੇ ਮਾਧਿਅਮ 'ਤੇ ਮੈਂ ਤੁਹਾਨੂੰ ਦੇਵਾਂ ਕਿ ਅਗਰ ਤੁਹਾਨੂੰ ਕੋਈ ਵੀ ਬੰਦਾ ਜਾਣਦਾ ਜਿਹਨੇ ਆਪਣਾ ਘਰ ਵੇਚਣਾ, ਛੋਟੇ ਤੋਂ ਵੱਡਾ ਲੈਣਾ, ਵੱਡੇ ਤੋਂ ਛੋਟਾ ਲੈਣਾ, ਅਤੇ ਮੈਨੂੰ ਡਾਇਰੈਕਟਲੀ ਮਿਲਣਾ ਚਾਹੁੰਦੇ ਨੇ, ਅਤੇ ਮੈਨੂੰ ਕਾਲ ਕਰੋ ਇਸ ਨੰਬਰ ਦੇ ਉੱਤੇ ਜਿਹੜਾ ਚੱਲ ਰਿਹਾ, ਅਤੇ ਵਿਲ ਲਵ ਟੂ ਹੈਲਪ ਯੂ। ਸੋ ਤੁਹਾਨੂੰ ਪਤਾ ਹੈ ਕਿ ਅਸੀਂ ਟੋਪ ਡਾਲਰ ਲੈਂਦੇ ਹਾਂ,
ਜਿੱਦਾਂ ਕਹਿੰਦੇ ਹੋਮ ਸੋਲਡ ਗਰੰਟੀ, ਅਗਰ ਤੁਹਾਡਾ ਘਰ ਨਹੀਂ ਵਿਕੇਗਾ ਤਾਂ ਅਸੀਂ ਬਾਏ ਕਰਾਂਗੇ, ਠੀਕ ਹੈ। ਤੋ ਥੈਂਕ ਯੂ ਵੈਰੀ ਮੱਚ ਫੋਰ ਮੇਰੇ ਮੈਸੇਜ, ਇਹ ਸਾਰਿਆਂ ਨੂੰ ਹੈਗਾ। ਹੋ ਸਕਦਾ ਅੱਜ ਮੈਂ ਸ਼ਾਮੀ ਤੁਹਾਡੇ ਆਵਾਂ ਲਾਈਵ, ਤੇ ਮੈਂ ਮੈਸੇਜ ਭੇਜ ਰਿਹਾ ਹਰਕਿਰਤ ਨੂੰ ਕਿ ਅਗਰ ਮੈਂ ਨਹੀਂ ਵੀ ਡਾਇਰੈਕਟ ਆ ਸਕਿਆ ਤਾਂ ਇਹ ਮੇਰਾ ਮੈਸੇਜ ਮੇਰੀ ਆਡੀਅੰਸ ਨੂੰ ਦੇ ਦੇਣਾ। ਤੇ ਜਿਹੜਾ ਵੀ ਬੰਦਾ, ਕਿਸੇ ਬੰਦੇ ਨੇ ਘਰ ਵੇਚਣਾ, ਤੁਸੀਂ ਕਿਸੇ ਵੀ ਥਾਂ ਦੇ ਉੱਤੇ ਲੌਂਗ ਆਈਲੈਂਡ ਤੋਂ ਅੱਗੇ ਜਾਣਾ ਹੈ ਜਾਂ ਕੁਈਨਸ ਤੋਂ ਲੌਂਗ ਆਈਲੈਂਡ ਆਉਣਾ, ਸੋ ਨੰਬਰ ਮੇਰਾ ਚੱਲ ਰਿਹਾ, ਇਹਦੇ ਤੇ ਕਾਲ ਕਰੋ ਤੇ ਫ੍ਰੀ ਐਡਵਾਈਸ ਲਓ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਵਾਲੇਕੁਮ। ਸੋ ਤੁਸੀਂ ਜਿਹੜਾ ਮੇਰਾ ਮੈਸੇਜ ਸੁਣਿਆ ਕਿ ਮੈਂ, ਮੇਰੇ ਕੋਲ ਇਨਵੈਸਟਰ ਆਏ ਨੇ ਜਿਹੜੇ ਕਿ ਸਪੈਸ਼ਲੀ ਰਿਚਮੰਡ ਹਿੱਲ, ਸਾਊਥ ਓਜ਼ਨ ਪਾਰਕ, ਆਪਣਾ ਫਲੋਰਲ ਪਾਰਕ ਏਰੀਆ, ਜਮੈਕਾ ਏਰੀਆ ਦੇ ਵਿੱਚ 2-3 ਫੈਮਿਲੀ ਘਰ ਬਾਏ ਕਰਨਾ ਚਾਹੁੰਦੇ ਨੇ, ਅਤੇ ਮੈਸੇਜ ਮੈਂ ਹੋਰ ਵੀ ਸੋਸ਼ਲ ਮੀਡੀਆ 'ਤੇ ਪਾ ਰਿਹਾ। ਅਗਰ ਕਿਸੇ ਬੰਦੇ ਨੇ ਘਰ ਵੇਚਣਾ, ਟੋਪ ਡਾਲਰ ਲੈਣੇ ਹੈਗੇ ਨੇ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਤੇ ਅਸੀਂ ਉਹਨਾਂ ਨੂੰ ਟੋਪ ਡਾਲਰ ਲੈ ਕੇ ਦਿਆਂਗੇ। ਜਸ ਪੰਜਾਬੀ ਦਾ ਨਾਂ ਦਿਓਗੇ ਤਾਂ ਵਿਲ ਡੈਫੀਨੇਟਲੀ ਇਨਵਾਈਟ ਯੂ ਇਨ ਮਾਈ ਰੇਵਿੰਗ ਫੈਨ ਕਲੱਬ। ਤੁਸੀਂ ਦੇਖਿਆ ਹੀ ਹੋਣਾ ਕਿ ਹਰ ਮਹੀਨੇ 6 ਮਹੀਨੇ ਉਹਨਾਂ ਨੂੰ ਇੱਕ ਗਿਫਟ ਜਾਂਦਾ ਹੈਗਾ, ਉਹ ਵੀ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਮੋਰਗੇਜ ਦਾ ਅਸੀਂ ਇੱਥੇ ਸ਼ੁਰੂ ਕੀਤਾ ਕਿ ਸਾਡੇ ਇਨ ਹਾਊਸ ਮੋਰਗੇਜ ਕੰਪਨੀ ਹੈਗੀ ਹੈ, ਅਗਰ ਕਿਸੇ ਬੰਦੇ ਨੇ ਮੋਰਗੇਜ ਲੈਣੀ ਹੈ ਤਾਂ ਵੀ ਤੁਸੀਂ ਸਾਨੂੰ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਮੈਂ ਨਹੀਂ ਕਹਿੰਦਾ ਕਿ ਸਾਡੇ ਕੋਲੋਂ ਹੀ ਲਓ, ਕਿਸੇ ਕੋਲੋਂ ਵੀ ਲੈ ਰਹੇ ਹੋ ਸਾਡੇ ਤੋਂ ਟਰਾਈ ਕਰ ਲਓ। 1-1 ਤੇ 2-11 ਹੁੰਦੇ ਨੇ ਕਿ ਅਗਰ ਤੁਹਾਨੂੰ ਕੋਈ ਬੰਦਾ 2.7 ਦੇ ਰਿਹਾ, 2.8 ਦੇ ਰਿਹਾ, ਅਗਰ ਇੱਕ ਹੋਰ ਬੰਦਾ ਤੁਹਾਨੂੰ ਬੈਟਰ ਰੇਟ ਦੇ ਸਕਦਾ ਤਾਂ ਜ਼ਰੂਰ ਟਰਾਈ ਕਰੋ। ਡੋਂਟ ਸੀ ਕਿ ਹਰ ਬੰਦੇ ਨੇ ਪੈਸੇ ਬਣਾਉਣੇ ਨੇ, ਤਾਂ ਮੇਰਾ ਕੰਮ ਹੈ ਕਿ ਤੁਹਾਨੂੰ ਰਾਈਟ ਬੰਦਿਆਂ ਨਾਲ ਮਿਲਾਵਾਂ, ਕਿਉਂਕਿ ਸਾਡੇ ਨਾਲ ਜਿਹੜੇ ਬੰਦੇ ਜੁੜੇ ਹੋਏ ਨੇ, ਜੁੜ ਰਹੇ ਨੇ, ਕੰਮ ਕਰ ਰਹੇ ਨੇ, ਤਾਂ ਸਾਡਾ ਖਾਲੀ ਰੀਅਲ ਸਟੇਟ ਨਹੀਂ ਹੈ, ਮੋਰਗੇਜ ਹੈ, ਇੰਸ਼ੋਰੈਂਸ ਹੈ, ਵਨ ਸਟੋਪ ਸ਼ਾਪਿੰਗ ਹੈਗੀ ਹੈ। ਕਿਸੇ ਬਿਲਡਰ ਨੇ ਘਰ ਜਗ੍ਹਾ ਲੈਣੀ ਹੈ ਤਾਂ ਮੇਰੇ ਕੋਲ 2 ਲਾਟ ਹਿਕਸਿਲ ਦੇ ਵਿੱਚ ਆਏ ਨੇ, ਟੁਗੈਦਰ ਨਾਲ ਨਾਲ ਲੱਗੇ ਨੇ, ਅਪਰੂਵ ਪਲੈਨ ਹੈਗਾ ਤੇ ਵੈਰੀ ਗੁੱਡ ਪ੍ਰਾਈਸ ਦੇ ਹੈਗੇ ਨੇ, ਤੇ ਉਹਦੇ 2700-2750 ਸਕੁਏਅਰ ਫੁੱਟ ਦਾ ਘਰ ਇੱਕ ਬਣ ਸਕਦਾ। ਗੁਰੂ ਘਰ ਦੇ ਬਿਲਕੁਲ ਨੇੜੇ ਹੈ, ਵਾਕਿੰਗ ਡਿਸਟੈਂਸ ਤੇ ਹੈਗਾ, ਤੇ ਅਗਰ ਕਿਸੇ ਬੰਦੇ ਨੂੰ ਉਹਦੇ ਬਾਰੇ ਵੀ ਮੋਰ ਜਾਣਕਾਰੀ ਚਾਹੀਦੀ ਹੈ ਤਾਂ ਵੀ ਕਾਲ ਕਰ ਸਕਦੇ ਹੋ, ਨੰਬਰ ਜਿਹੜਾ ਚੱਲ ਰਿਹਾ ਹੈਗਾ। ਤੋ ਇਸ ਤੋਂ ਇਲਾਵਾ ਤੁਹਾਨੂੰ ਹੋਰ ਜਾਣਦੇ ਹਾਂ ਕਿ ਜਿਹੜੀ ਟ੍ਰੈਪ ਜਿਹੜੀਆਂ ਹੈਗੇ ਨੇ, ਤੋ ਪਹਿਲਾਂ ਆਪਾਂ 5ਵਾਂ ਹੋ ਗਿਆ, 6ਵਾਂ ਹੋ ਗਿਆ, ਨੋਟ ਗੈਟਿੰਗ ਮੋਰਗੇਜ ਪ੍ਰੀ ਅਪਰੂਵਲ। ਕਈ ਵਾਰੀ ਬੰਦੇ ਇਹ ਮੋਰਗੇਜ ਦੀ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਉਹ ਬੰਦਾ ਕਹਿੰਦਾ ਮੈਂ ਆਨਲਾਈਨ ਅਪਰੂਵ ਕਰ ਲਿਆ, ਮੈਂ ਫੋਨ ਕੀਤਾ, ਉਹਨੇ ਅਪਰੂਵਲ ਦੇ ਦਿੱਤੀ, ਇਹ ਨਹੀਂ ਹੋਣਾ ਚਾਹੀਦਾ, ਤੁਹਾਡੇ ਪੈਸੇ ਨਾ ਡੱਬਣ। ਮੈਨੂੰ ਪਿਛਲੇ 15-16-17 ਸਾਲ ਤੋਂ ਹੋ ਗਏ, ਕਿਸੇ ਦੀ ਵੀ ਪੰਜੀ ਮਰਨ ਨਹੀਂ ਦਿੱਤੀ, ਅੱਜ ਤੱਕ ਕੰਮ ਕੀਤਾ, ਤਾਂ ਵੀ ਵਿਲ ਮੇਕ ਸ਼ੋਰ ਕਿ ਯੂ ਆਰ ਗੈਟਿੰਗ ਫੁੱਲੀ ਪ੍ਰੀ ਅਪਰੂਵ, ਦੈਨ ਵੀ ਵਿਲ ਪੁੱਟ ਯੂ ਇਨ। ਅਸੀਂ ਤੁਹਾਡੇ ਵਾਸਤੇ ਨੈਗੋਸ਼ੀਏਟ ਅੱਛਾ ਕਰ ਸਕਦੇ ਹਾਂ, ਕੋਈ ਵੀ ਤੁਹਾਡਾ ਰੀਅਲਟਰ ਕੋਈ ਵੀ ਤੁਹਾਡੇ ਨਾਲ ਕੰਮ ਕਰ ਰਿਹਾ, ਅਗਰ ਤੁਸੀਂ ਪਹਿਲਾਂ ਮੋੜੀਏ ਪ੍ਰੀ ਅਪਰੂਵ ਹੋ ਗਈ, ਪਹਿਲਾਂ ਤਾਂ ਪਤਾ ਚੱਲੇਗਾ ਕਿੰਨਾ ਅਸੀਂ ਅਫੋਰਡ ਕਰ ਸਕਦੇ ਹਾਂ ਤੇ ਕਿੱਥੇ ਬਾਏ ਕਰਨਾ ਹੈਗਾ, ਤਾਂ ਉਹ ਜਿਹੜੀ ਹੈ ਬਹੁਤ ਹੀ ਜ਼ਰੂਰੀ ਹੈਗੀ ਹੈ। ਫਿਰ ਉਸ ਤੋਂ ਬਾਅਦ ਜਿਹੜਾ ਕੰਟਰੈਕਟ ਦੇ ਵਿੱਚ ਨਾ ਕਈ ਚੀਜ਼ਾਂ ਮਿਸਿੰਗ ਹੁੰਦੀਆਂ ਨੇ, ਮੰਨ ਲਓ ਤੁਸੀਂ ਇੰਸਪੈਕਸ਼ਨ ਕਰਾਈ, ਇੰਸਪੈਕਸ਼ਨ ਵਾਲੇ ਨੇ 10 ਚੀਜ਼ਾਂ ਦਾ ਤੁਹਾਨੂੰ ਉਹਦੇ 'ਚ ਦਿੱਤਾ ਕਿ ਆਹ 10 ਚੀਜ਼ਾਂ ਖਰਾਬ ਨੇ, ਠੀਕ ਕਰਨ ਵਾਲੀਆਂ ਨੇ, ਤੁਹਾਡਾ ਮੋੜ, ਤੁਹਾਡਾ ਜਿਹੜਾ ਰੀਅਲਟਰ ਹੈਗਾ ਉਹ ਨੈਗੋਸ਼ੀਏਟ ਕਰ ਰਿਹਾ ਹੈਗਾ ਤੁਹਾਡੇ ਵਾਸਤੇ, ਤੇ ਸੈਲਰ ਕਹਿੰਦਾ ਵੀ 10 'ਚੋਂ ਮੈਂ 6 ਕਰ ਦਿਆਂਗਾ ਫਿਕਸ ਤੇ 4 ਨਹੀਂ ਕਰਾਂਗਾ, ਤਾਂ ਉਹ ਜ਼ਬਾਨੀ ਨਹੀਂ ਰਹਿਣਾ। ਮੇਕ ਸ਼ੋਰ ਕਰੋ ਜਦੋਂ ਤੁਸੀਂ ਕੰਟਰੈਕਟ ਸਾਈਨ ਕਰ ਰਹੇ ਹੋ ਉਹਦੇ ਵਿੱਚ ਲਿਖਵਾਓ ਕਿ ਇਹ ਚੀਜ਼ਾਂ ਹੋਣਗੀਆਂ, ਕਿਉਂਕਿ ਸੈਲਰ ਨੇ ਚਲੇ ਜਾਣਾ ਜਦੋਂ ਤੁਸੀਂ ਆਪਣਾ ਘਰ ਵੇਚ ਲਿਆ ਜਾਂ ਤੁਸੀਂ ਫਸਟ ਟਾਈਮ ਬਾਇਰ ਹੋ, ਤਾਂ ਇੱਕ ਦਿਨ ਪਹਿਲਾਂ ਅਗਰ ਤੁਸੀਂ ਆਪਣੀ ਆਵਾਜ਼ ਉਠਾਓਗੇ ਕਿਸੇ ਨੇ ਨਹੀਂ ਸੁਣਨੀ ਆਵਾਜ਼, ਤੋ ਮੇਕ ਸ਼ੋਰ ਕਰੋ ਜਦੋਂ ਵੀ ਕੋਈ ਤੁਹਾਡੀ ਇਹ ਚੀਜ਼ ਪ੍ਰੋਬਲਮ, ਜੋ ਵੀ ਤੁਹਾਡੀ ਇੰਸਪੈਕਸ਼ਨ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ, ਤੇ ਉਹ ਜਿਹੜੀਆਂ ਨੇ ਉਹ ਉਹਦੇ 'ਚ ਰਿਟਰਨ ਹੋਣੀਆਂ ਚਾਹੀਦੀ ਹੈ, ਵਕੀਲ ਤੁਹਾਡਾ ਲਿਖ ਕੇ ਦੇਵੇ ਉਹਨਾਂ ਨੂੰ, ਤੇ ਜਦੋਂ ਇੱਕ ਦਿਨ ਪਹਿਲਾਂ ਜਾਂ ਸੇਮ ਡੇ ਅਸੀਂ ਵਾਕ ਥਰੂ 'ਤੇ ਜਾਂਦੇ ਹਾਂ, ਵੀ ਵਿਲ ਮੇਕ ਸ਼ੋਰ ਜੋ ਅਸੀਂ ਸੈਲਰ ਨੇ ਸਾਨੂੰ ਮੰਨਿਆ ਸੀ ਉਹਨੇ ਫਿਕਸ ਕੀਤਾ ਹੈ ਜਾਂ ਨਹੀਂ ਕੀਤਾ, ਅਗਰ ਨਹੀਂ ਕੀਤਾ ਤਾਂ ਅਸੀਂ ਪਰਸਨਲੀ ਐਜ਼ ਏ ਰੀਅਲਟਰ ਸਾਡੀ ਡਿਊਟੀ ਹੈ ਕਿ ਜਦੋਂ ਅਸੀਂ ਕਲੋਜ਼ਿੰਗ 'ਤੇ ਜਾਵਾਂਗੇ ਤੁਹਾਨੂੰ ਉੱਥੇ ਕ੍ਰੈਡਿਟ ਲੈ ਕੇ ਦੇਵਾਂਗੇ, ਜੇ ਲਿਖਿਆ ਹੋਏਗਾ ਤਾਂ ਲੈ ਕੇ ਦੇ ਸਕਦੇ ਹਾਂ, ਜਿੱਦਾਂ ਉਹ ਕਹਿੰਦਾ ਉਹ ਕਰ ਦਿਆਂਗੇ। ਕਈ ਵਾਰੀ ਬੰਦੇ ਆ ਕਹਿੰਦੇ ਨੇ ਜੀ ਉਹ ਮੈਨੂੰ ਉਹਨੇ ਹੇਰਾਫੇਰੀ ਕਰਤੀ, ਕਿਉਂਕਿ ਉਹਨਾਂ ਨੂੰ ਐਜੂਕੇਸ਼ਨ ਨਹੀਂ ਦਿੱਤੀ ਗਈ ਕਿਸੇ ਬੰਦੇ ਨੇ ਕਿ ਉਹ ਆ ਜਾਓ ਜੀ ਘਰ ਲੈ ਲਓ, ਇੱਥੋਂ ਮੋੜਗੇ ਲੈ ਲਓ, ਆਹ ਇੰਸਪੈਕਸ਼ਨ ਕਰਾ ਦਿਓ। ਸੋ ਮੇਰਾ ਜੋਬ ਹੈ ਕਿ ਮੈਂ ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਬਾਇਰ ਹੈਗਾ, ਸੈਲਰ ਨੂੰ ਵੀ ਕਰਦਾ, ਬਾਇਰ ਨੂੰ ਵੀ ਕਰਦਾ, ਸੋ ਮੇਰੀ ਇਹ ਫ੍ਰੀ ਐਡਵਾਈਸ ਹੈਗੀ ਹੈ। ਜੇ ਕਿਸੇ ਨੇ ਪਰਸਨਲ ਹੋਰ ਵੀ ਐਡਵਾਈਸ ਲੈਣੀ ਹੈ ਤੁਸੀਂ ਇਹ ਨੰਬਰ 'ਤੇ ਕਾਲ ਕਰ ਸਕਦੇ ਹੋ। ਇੱਕ ਜਿਹੜਾ 8ਵਾਂ ਪ੍ਰੋਗਰਾਮ ਹੈਗਾ, 8ਵਾਂ ਜਿਹੜਾ ਮੇਨ ਹੈਗਾ, ਹਿਡਨ ਕੋਸਟ। ਤੁਸੀਂ ਜਦੋਂ ਵੀ ਘਰ ਬਾਏ ਕਰਦੇ ਹੋ ਲੋਟ ਆਫ ਹਿਡਨ ਕੋਸਟ ਹੁੰਦੀਆਂ ਨੇ,
ਸੋ ਮੇਕ ਸ਼ੋਰ ਕਰੋ ਜਦੋਂ ਤੁਸੀਂ ਕਿਸੇ ਮੋਰਗੇਜ ਵਾਲੇ ਨਾਲ ਗੱਲ ਕਰਦੇ ਹੋ, ਤੁਸੀਂ ਕਲੋਜ਼ ਬੈਂਕ ਵਕੀਲ ਨਾਲ ਗੱਲ ਕਰਦੇ ਹੋ, ਸਾਰੀਆਂ ਕੋਸਟ ਤੁਹਾਨੂੰ ਪਹਿਲਾਂ ਹੀ ਲਿਖ ਕੇ ਦਿੱਤੀਆਂ ਹੋਣੀਆਂ ਚਾਹੀਦੀਆਂ। ਤੁਹਾਡੀ ਕੋਸਟ ਕੋਈ ਵੀ ਹਿਡਨ ਨਹੀਂ ਹੋਣੀ ਚਾਹੀਦੀਆਂ। ਬੰਦਾ ਕਹਿੰਦਾ ਜੀ ਮੈਨੂੰ 2.75 ਦਾ ਲੋਨ ਮਿਲ ਗਿਆ, ਉਸ ਤੋਂ ਬਾਅਦ ਪਤਾ ਲੱਗਿਆ ਜੀ ਟਾਈਟਲ ਦਾ ਇੰਨਾ ਖਰਚਾ ਹੋ ਗਿਆ, ਸਰਕਾਰੀ ਆਹ ਹੋ ਗਿਆ, ਇਹ ਹੋ ਗਿਆ, ਹੋ ਗਿਆ। ਐਵਰੀ ਚੀਜ਼ ਸ਼ੁੱਡ ਬੀ ਇਨ ਦ ਰਿਟਨ ਵੇ। ਇਹ ਬਹੁਤ 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 ਜ਼ਰੂਰੀ ਹੈਗਾ, ਕਿਉਂਕਿ ਫਿਰ ਮੌਕੇ ਦੇ ਉੱਤੇ ਫਿਰ ਮੇਰੀ ਅੱਜ ਹੀ ਕਲੋਜ਼ਿੰਗ ਹੋਈ ਹੈ ਕਿਸੇ ਬੰਦੇ ਨਾਲ, ਅਤੇ ਮੋਰਗੇਜ ਉਹਨੇ ਕਰਾਈ, ਬਟ ਉਹਨੂੰ ਮੋਰਗੇਜ ਲੈਂਡਰ ਨੇ ਕਿਹਾ ਜੀ ਮੈਂ ਇੰਨਾ ਇਹ ਕਰਾਂਗਾ, ਇਹ ਕਰਾਂਗਾ। ਲਾਸਟ ਮੂਮੈਂਟ ਦੇ ਉੱਤੇ ਬੈਂਕ ਨੇ ਕਿਹਾ ਕਿ ਤੈਨੂੰ ਉਹਨਾਂ ਨੂੰ 6 ਮਹੀਨੇ ਦੀ ਜਾਂ 3 ਮਹੀਨੇ ਦੀ ਚਾਹੀਦੀ ਹੈ ਬੈਂਕ ਦੇ ਵਿੱਚ ਡਿਪੋਜ਼ਿਟ ਹੋਰ, ਬਟ ਉਹਨੂੰ ਲੱਗਿਆ ਕਿ ਬੈਂਕ ਉਹ ਜਿਹੜਾ ਮੋਰਗੇਜ ਲੈਂਡਰ ਹੈ ਪੈਸੇ ਜ਼ਿਆਦਾ ਲੈ ਰਿਹਾ। ਤੋ ਮੈਂ ਕਿਹਾ ਮੇਰੀ ਕੋਈ ਉਹ ਨਹੀਂ ਹੈ, ਤੂੰ ਮੈਨੂੰ ਲੈ ਗਿਆ ਪੇਪਰ, ਮੈਂ ਚੈੱਕ ਕਰਦਾ। ਮੈਂ ਜਦ ਚੈੱਕ ਕਰਿਆ ਤਾਂ ਮੈਂ ਦੇਖਿਆ ਕਿ ਬੈਂਕ ਨੇ ਉਹਦੇ ਕੋਲੋਂ $12,000 ਉਹਦੇ 3 ਮਹੀਨੇ ਦੀਆਂ ਕਿਸ਼ਤਾਂ ਐਕਸਟਰਾ ਰੱਖੀਆਂ ਨੇ, ਕਿਉਂਕਿ ਫਸਟ ਟਾਈਮ ਹੋਮ ਬਾਇਰ ਸੀ, ਕ੍ਰੈਡਿਟ ਵੀ ਨਵਾਂ ਸੀ। ਸੋ ਇਹ ਮਤਲਬ ਤੁਸੀਂ ਪ੍ਰੋਫੈਸ਼ਨਲ ਬੰਦੇ ਨਾਲ ਗੱਲ ਕਰੋ ਤਾਂ ਤੁਹਾਨੂੰ ਪ੍ਰੋਪਰ ਗਾਈਡ ਕਰੇਗਾ। ਜ਼ਰੂਰੀ ਹਰ ਬੰਦਾ ਮਾੜਾ ਨਹੀਂ ਹੁੰਦਾ, ਕਈ ਵਾਰੀ ਕਈ ਉਹਨੂੰ ਜਿਸ ਕਿਸੇ ਹੋਰ ਬੰਦੇ ਨਾਲ ਗੱਲ ਕੀਤੀ ਉਹਨੇ ਜੀ ਉਹ ਤੈਨੂੰ ਜ਼ਿਆਦਾ ਪੈਸੇ ਲੈ ਰਿਹਾ। ਮੈਂ ਕਿਹਾ ਯਾਰ ਲੈ ਗਿਆ ਕਲੋਜ਼ਿੰਗ ਕੋਸਟ, ਜਿਹਨਾਂ ਕਲੋਜ਼ਿੰਗ ਕੋਸਟ ਲਿਆ ਤਾਂ ਆਈ ਫਾਊਂਡ ਆਊਟ ਤਕਰੀਬਨ $200 ਦਾ ਫਰਕ ਸੀ। ਉਹ ਦੇਖੋ ਹਰ ਕੰਪਨੀ ਦਾ ਅਲੱਗ ਅਲੱਗ ਹੁੰਦਾ, ਬਟ ਜਿਹੜਾ ਮੇਨ ਸੀ ਕਿ 11-12 ਹਜ਼ਾਰ ਤੋਂ ਰੌਲਾ ਪਾ ਰਿਹਾ ਸੀ, ਮੈਨੂੰ 12,000 ਕੈਸ਼ ਐਕਸਟਰਾ ਕੋਸਟ ਪੈ ਰਹੀ ਹੈ, ਤਾਂ ਉਹ ਬੈਂਕ ਉਹਦੇ ਕੋਲੋਂ 3 ਮਹੀਨੇ ਦੀ ਕਿਸ਼ਤ ਐਡਵਾਂਸ ਲੈ ਰਿਹਾ ਸੀ, ਤਾਂ ਅੱਗੋਂ ਥੋੜੇ ਮਹੀਨਿਆਂ ਬਾਅਦ ਉਹ ਐਡਜਸਟ ਹੋ ਜਾਏਗੀ। ਉਸ ਤੋਂ ਬਾਅਦ ਰਸ਼ਿੰਗ ਦਾ ਕਲੋਜ਼ਿੰਗ, ਜਿਹੜੀ ਕਲੋਜ਼ਿੰਗ ਜਿਹੜੀ ਹੈ ਟਾਈਮਲੀ ਹੋਣੀ ਚਾਹੀਦੀ ਹੈ। ਤੁਸੀਂ ਫਸਟ ਥਿੰਗ ਫਸਟ ਜਦੋਂ ਤੁਹਾਡੀ ਮੋਰਗੇ ਅਪਰੂਵਲ ਹੋ ਗਈ, ਤੁਹਾਡਾ ਟਾਈਟਲ ਕਲੀਅਰ ਹੋ ਗਿਆ ਅਤੇ ਤੁਹਾਡੇ ਬੈਂਕ ਨੇ ਲੋਨ ਕਰਤਾ, ਰਸ਼ ਨਾ ਕਰੋ, ਮੇਕ ਸ਼ੋਰ ਕਰੋ ਐਵਰੀਥਿੰਗ ਇਜ਼ ਕਲੀਅਰ। ਔਰ ਕਲੋਜ਼ਿੰਗ ਜਦੋਂ ਵੀ ਕਰਨੀ ਹੈ ਮੇਕ ਸ਼ੋਰ ਸੈਲਰ ਇਜ਼ ਮੂਵ ਆਊਟ ਫਰੋਮ ਦਾ ਹਾਊਸ। ਔਰ ਅਗਰ ਉਹ ਰਹਿ ਰਿਹਾ ਤਾਂ ਉਹਦੇ 'ਚ ਐਸਕਰੋ ਦੇ ਵਿੱਚ ਪੈਸੇ ਰੱਖੇ ਹੋਏ ਨੇ, ਅਤੇ ਕਿਉਂਕਿ ਜਦੋਂ ਕਈ ਵਾਰੀ ਸੈਲਰ ਅੱਗੋਂ ਘਰ ਬਾਏ ਕਰ ਰਿਹਾ ਹੁੰਦਾ, ਤਾਂ ਸਾਡੇ ਬਹੁਤ ਸਾਰੇ ਸਾਡੇ ਇਹ ਕੇਸ ਆਉਂਦੇ ਨੇ ਕਿ ਜਿਹਦਾ ਅਸੀਂ ਇੱਕ ਘਰ ਵੇਚਦੇ ਹਾਂ ਅਤੇ ਅਗਲੇ ਦਿਨ ਦੂਜੇ ਘਰ ਦੀ ਕਲੋਜ਼ਿੰਗ ਹੁੰਦੀ ਹੈਗੀ ਹੈ। ਤੋ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਦੋਨੋਂ ਧਿਰਾਂ ਜਿਹੜੀਆਂ ਨੇ ਟਾਈਮਲੀ ਮੂਵ ਹੋਣ, ਅਤੇ ਉਹਦੇ 'ਚ ਤੁਸੀਂ ਮੇਕ ਸ਼ੋਰ ਕਰੋ ਕਿ ਜਦੋਂ ਤੁਹਾਡਾ ਇਹ ਕੋਂਟਰੈਕਟ ਲਿਖਿਆ ਜਾਂਦਾ ਹੈ ਉਹਦੇ 2-3 ਦਾ ਪ੍ਰੋਵੀਜ਼ਨ ਹੁੰਦਾ। ਅਗਰ ਸੈਲਰ ਨੇ ਜ਼ਿਆਦਾ ਦੇਰ ਰਹਿਣਾ ਤਾਂ ਮੇਕ ਸ਼ੋਰ ਕਰੋ ਉਹ ਜਿੰਨੀ ਦੇਰ ਸੈਲਰ ਰਹੇਗਾ ਤੁਹਾਡੀ ਮੋਰਗੇਜ ਦੇ ਪੈਸੇ ਦੇਵੇਗਾ। ਫਰੀ ਕੋਈ ਨਹੀਂ ਹੈਗਾ, ਕਿਉਂਕਿ ਤੁਹਾਡੀ ਅੱਜ ਕਲੋਜ਼ਿੰਗ ਹੋ ਗਈ, ਤੁਹਾਡੀ ਮੋਰਗੇਜ ਅੱਜ ਤੋਂ ਸ਼ੁਰੂ ਹੋ ਗਈ। ਅਗਰ ਸੈਲਰ ਕਹਿੰਦਾ ਅੱਜ ਫਰਾਈਡੇ ਕਲੋਜ਼ਿੰਗ ਹੋਈ ਹੈ ਮੈਂ ਮੰਡੇ ਮੂਵ ਹੋਵਾਂਗਾ, ਤਾਂ ਉਹਦੇ 3 ਦਿਨ ਦੇ ਪੈਸੇ ਉਹ ਤੁਹਾਨੂੰ ਪ੍ਰੋਟਿਕ ਉਹਦੇ ਬੇਸ ਦੇ ਉੱਤੇ ਦੇਵੇਗਾ। ਤੋ ਮੇਕ ਸ਼ੋਰ ਕਰੋ ਕਿ ਇਹ ਚੀਜ਼ਾਂ ਤੁਸੀਂ ਉਹਦੇ ਨਾਲ ਗੱਲ ਕਰ ਉਹ ਆਪਣੇ ਅਕਾਊਂਟ ਦੇ ਵਿੱਚ ਲਾ ਰਹੇ ਹੋ। ਤੇ ਇਹ ਜਿਹੜੀ ਲਿਸਟ ਮੈਂ ਤੁਹਾਨੂੰ ਦੱਸੀ ਹੈ 9 ਵਾਇਰ ਟ੍ਰੈਪ, ਇਹ ਮੇਰੀ ਟੀਮ RajJaggi.com ਤੇ ਜਾਓਗੇ ਤੇ ਉੱਥੇ ਵੀ ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ। ਤੇ ਜਿਹੜੀਆਂ ਵੀ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਸਾਰਾ ਕੁਛ ਹੀ ਮੇਰੀ ਵੈਬਸਾਈਟ ਤੇ ਹੈਗਾ। ਅਗਰ ਤੁਸੀਂ ਆਪਣੇ ਘਰ ਦੀ ਵੈਲਿਊ ਦੇਖਣਾ ਚਾਹੁੰਦੇ ਹੋ, ਵੇਚਣਾ ਵੀ ਨਹੀਂ ਹੈ, ਆਪਣੀ ਵੈਲਿਊ ਦੇਖਣਾ ਚਾਹੁੰਦੇ ਹੋ, ਤੇ ਆਪਣਾ ਮੇਰੀ ਵੈਬਸਾਈਟ ਤੇ ਜਾਓ ਤੇ ਸੈਲਰ ਵਾਲੀ ਜਗ੍ਹਾ ਤੇ ਜਾਓ, ਆਪਣਾ ਐਡਰੈਸ ਪਾਓ ਤੇ ਜਿੰਨੇ ਬੈਡਰੂਮ ਹੈ ਜਿੰਨੇ ਬਾਥਰੂਮ ਹੈ ਸਾਰਾ ਕੁਛ ਪਾਓ, ਤੇ ਉਸ ਤੋਂ ਬਾਅਦ ਤੁਸੀਂ ਉੱਥੇ ਆਪਣਾ ਇੱਕ ਬਟਨ ਦੱਬੋਗੇ ਤੇ ਤੁਹਾਨੂੰ ਉਸੇ ਟਾਈਮ ਤੁਹਾਨੂੰ ਟੈਂਟੇਟਿਵ ਵੈਲਿਊ ਨਜ਼ਰ ਆ ਜਾਏਗੀ। ਕਿਸੇ ਬ੍ਰੋਕਰ ਨਾਲ ਗੱਲ ਕਰਨ ਦੀ ਲੋੜ ਨਹੀਂ, ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੀ ਵੈਲਿਊ 9,80,000 ਆਈ ਹੈ, ਹੋ ਸਕਦਾ ਉਹ 10-20-30-40 ਹਜ਼ਾਰ ਐਕਸਟਰਾ ਵੀ ਹੋਵੇ, ਕਿਉਂਕਿ ਹਰ ਘਰ ਦੇ ਵਿੱਚ ਅਪਡੇਟ ਕਈ ਇਹਦੇ ਹੁੰਦੇ ਨੇ ਕਈ ਨਹੀਂ ਹੁੰਦੇ ਨੇ, ਤਾਂ ਉਹ ਬੈਟਰ 100% ਦਾ ਅਸੀਂ ਜਦੋਂ ਤੁਹਾਡੇ ਕੋਲ ਆਵਾਂਗੇ ਉਦੋਂ ਤੁਹਾਨੂੰ ਰਿਜ਼ਲਟ ਦੇਵਾਂਗੇ। ਤੇ ਬਾਕੀ ਜਿਹੜਾ ਹੈਗਾ ਹੋਰ, ਤੁਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕਈ ਬ੍ਰੋਕਰ ਵੀ ਦੇਖ ਰਹੇ ਨੇ, ਮੈਨੂੰ ਅੱਜ ਫੋਨ ਆਇਆ ਜੀ ਮੈਂ ਤੁਸੀਂ ਰਿਚਮੰਡ ਵਿੱਚ ਖੋਲ ਰਹੇ ਹੋ, ਯੈਸ ਵੀ ਆਰ ਓਪਨਿੰਗ ਐਵਰੀਵੇਅਰ, ਵੀ ਆਰ ਲੁਕਿੰਗ ਫੋਰ ਲਾਈਕ ਮਾਈਂਡਿਡ ਪੀਪਲ ਹੂ ਵਾਂਟ ਟੂ ਗਰੋ ਵਿਦ ਅਸ। ਤੋ ਤੁਸੀਂ ਵੀ ਜੁਆਇਨ TRJNow.com ਦੇ ਉੱਤੇ ਜਾ ਕੇ, ਅਗਰ ਤੁਹਾਨੂੰ ਜੋਬ ਚਾਹੀਦੀ ਹੈ ਤਾਂ ਅਸੀਂ ਅਗਰ ਸਾਡੇ ਨਾਲ ਪਾਰਟਨਰਸ਼ਿਪ ਕਰਨੀ ਹੈ, ਤੁਸੀਂ ਸਾਡੇ ਵੈਂਡਰ ਬਣਨਾ ਹੈ, ਤੇ ਇਟਸ ਓਪਨ ਟੂ ਐਵਰੀਵਨ। ਅਸੀਂ ਆਪਣੇ ਲਾਈਕ ਮਾਈਂਡਿਡ ਪੀਪਲ ਢੂੰਡ ਰਹੇ ਹਾਂ, ਹੋਰ ਵੀ ਵੀ ਆਰ ਗਰੋਇੰਗ, ਸੋ ਵੀ ਆਰ ਚੇਂਜਿੰਗ ਲਾਈਫ। ਅਗਰ ਤੁਸੀਂ ਦੇਖ ਰਹੇ ਹੋ ਟੀਮ RajJaggi ਇਕੱਲੇ ਤੋਂ ਸ਼ੁਰੂ ਹੋਈ ਸੀ, ਅੱਜ ਦੀ ਡੇਟ 'ਚ ਅਸੀਂ 40-50 ਬੰਦੇ ਤੋਂ ਜ਼ਿਆਦਾ ਹੋ ਗਏ ਹਾਂ, ਤੇ ਵੀ ਆਰ ਗਰੋਇੰਗ। ਸੋ ਅਗਰ ਤੁਹਾਡਾ ਕੋਈ ਬੱਚਾ ਤੁਹਾਡੀ ਫੈਮਿਲੀ ਦੇ ਵਿੱਚੋਂ ਬੰਦਾ ਸਾਡੀ ਟੀਮ 'ਚ ਜੁਆਇਨ ਕਰਨਾ ਚਾਹੁੰਦਾ ਹੈ, ਰੀਅਲ ਸਟੇਟ ਦਾ ਕੈਰੀਅਰ ਚੇਂਜ ਕਰਨਾ ਚਾਹੁੰਦਾ ਹੈ, ਮੈਂ ਜਿੱਦਾਂ ਕਹਿੰਦਾ ਕਿ 80% ਬੰਦੇ ਆਪਣੇ ਕਿੱਤੇ ਤੋਂ ਖੁਸ਼ ਨਹੀਂ ਹੈਗੇ ਜੋ ਵੀ ਕਰਦੇ ਨੇ,
ਅਗਰ ਤੁਸੀਂ ਆਪਣੇ ਆਪ ਨੂੰ ਗਰੋ ਕਰਨਾ ਚਾਹੁੰਦੇ ਹੋ, ਤੁਸੀਂ ਬੰਦਿਆਂ ਨਾਲ ਮਿਲਣਾ ਪਸੰਦ ਕਰਦੇ ਹੋ, ਬੰਦਿਆਂ ਦੀ ਹੈਲਪ ਕਰਨਾ ਪਸੰਦ ਕਰਦੇ ਹੋ, ਦਿਸ ਇਜ਼ ਦਾ ਬਿਜ਼ਨਸ ਟੂ ਬੀ ਇਨ ਟੂ ਇਟ। ਅੱਛਾ ਬਿਜ਼ਨਸ ਹੈ, ਬਟ ਇਹਦੇ ਵਿੱਚ ਸਿਰਫ ਯੂ ਨੀਡ ਰਾਈਟ ਕੋਲ ਰਾਈਟ ਕੋਚਿੰਗ ਵਿਦ ਦਾ ਰਾਈਟ ਮਾਈਂਡਡ ਪੀਪਲ। ਸੋ ਜਦੋਂ ਵੀ ਤੁਹਾਨੂੰ ਕੋਈ ਵੀ ਤੁਹਾਨੂੰ ਬੰਦਾ ਲੱਗਦਾ ਹੈ, ਜਿਸ ਬੰਦੇ ਨੇ ਤੁਹਾਡੇ ਕਿਸੇ ਬੱਚੇ ਨੇ ਆਪਣਾ ਕੈਰੀਅਰ, ਮੇਰੇ ਕੋਲ ਬੜੇ ਯੰਗਸਟਰ ਆ ਰਹੇ ਨੇ ਜਿਹੜੇ ਕਾਲਜਾਂ ਤੋਂ ਹੋਏ ਨੇ, ਜੋਬਾਂ ਲਾਸ ਹੋ ਰਹੀਆਂ ਨੇ, ਤੇ ਹਰ ਤਰ੍ਹਾਂ ਦੀ ਸਾਡੇ ਕੋਲ ਫੈਸਿਲਿਟੀ ਹੈਗੀ ਹੈ। ਵੀ ਆਰ ਨੋਟ ਡੂਇੰਗ ਓਨਲੀ ਰੀਅਲ ਸਟੇਟ, ਵੀ ਆਰ ਚੇਂਜਿੰਗ ਲਾਈਫ। ਵੀ ਹੈਵ ਰੀਅਲ ਸਟੇਟ, ਮੋਰਗੇਜ, ਇੰਸ਼ੋਰੈਂਸ, ਜੋਬ, ਐਵਰੀਥਿੰਗ। ਠੀਕ ਹੈ, ਤੇ ਇਸ ਕਮਿਊਨਿਟੀ ਦਾ ਮੈਂ ਜਸ ਪੰਜਾਬੀ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ। ਤੇ ਜਿਹੜੇ ਬੰਦੇ ਸਾਡਾ ਇਹ ਪ੍ਰੋਗਰਾਮ ਦੇਖਦੇ ਨੇ, ਸਾਨੂੰ ਪਿਆਰ ਕਰਦੇ ਨੇ, ਮੈਨੂੰ ਪਤਾ ਕਈ ਵਾਰੀ ਹੁਣ ਮੈਨੂੰ ਕਮ ਸੇ ਕਮ 8-10 ਕਾਲਾਂ ਆ ਗਈਆਂ ਹੋਣੀਆਂ, ਮੈਂ ਕਈਆਂ ਨੂੰ ਅੱਜ ਕਰਾਂਗਾ ਕਾਲਾਂ, ਤੇ ਬਾਕੀ ਸੈਟਰਡੇ ਸੰਡੇ ਮੈਂ ਸਾਰੇ ਬੰਦਿਆਂ ਨੂੰ ਕਾਲਾਂ ਕਰਦਾ। ਕਿਸੇ ਕਿਸਮ ਦੀ ਫ੍ਰੀ ਐਡਵਾਈਸ ਚਾਹੀਦੀ ਹੈ, ਬਾਏ ਕਰਨਾ ਹੈ, ਸੈਲ ਕਰਨਾ ਹੈ, ਕੈਰੀਅਰ ਚੇਂਜ ਕਰਨਾ ਹੈ, ਮੋਰਗੇਜ ਲੈਣੀ ਹੈ, ਇੰਸ਼ੋਰੈਂਸ ਲੈਣੀ ਹੈ, ਇਹ ਫ੍ਰੀ ਐਡਵਾਈਸ ਮੈਂ ਆਪਣੀ ਟੀਮ ਰਾਜ ਜੱਗੀ ਵੱਲੋਂ, ਜੱਗੀ ਰੀਅਲ ਸਟੇਟ ਸਰਵਿਸ ਵੱਲੋਂ, ਨਿਊਯਾਰਕ, ਕੈਨੇਡਾ, ਅਮੈਰੀਕਾ ਸਾਰਿਆਂ ਦੀ, ਮੇਰੇ ਕੋਲ ਕੈਨੇਡਾ ਤੋਂ ਕਈ ਬੰਦਿਆਂ ਦੇ ਫੋਨ ਆਉਂਦੇ ਨੇ, ਤੇ ਸਾਡੇ ਕੈਨੇਡਾ ਦੇ ਵਿੱਚ ਵੀ ਕਨੈਕਸ਼ਨ ਹੈਗੇ ਨੇ। ਅਗਰ ਤੁਸੀਂ ਉੱਥੇ ਵੀ ਕੋਈ ਘਰ ਵੇਚਣਾ, ਕਿਸੇ ਨੂੰ ਬਾਏ ਕਰਨਾ, ਤੇ ਕੱਲ ਨਿਊ ਜਰਸੀ ਦੇ ਵਿੱਚ ਕਿਸੇ ਬੰਦੇ ਨੇ ਘਰ ਵੇਚਣਾ ਸੀ, ਜਗਤਾਰ ਸਿੰਘ, ਤੇ ਉਹਨਾਂ ਨੂੰ ਵੀ ਉੱਥੇ ਆਪਣੇ ਪਾਰਟਨਰ ਨਾਲ ਮਿਲਾ ਦਿੱਤਾ ਕਿ ਸਾਡਾ ਇੱਕ ਖਾਲੀ ਅਸੀਂ ਨਿਊਯਾਰਕ ਬੇਸ ਹੈਗੇ ਹਾਂ, ਹਾਇਆ ਮੈਂ ਇੱਥੇ ਨਿਊਯਾਰਕ ਹੈਗਾ, ਬਟ ਅਸੀਂ ਤਕਰੀਬਨ 40-50 ਅਮਰੀਕਾ ਦੇ ਸੂਬਿਆਂ ਦੇ ਵਿੱਚ ਸਾਡੇ ਕਨੈਕਸ਼ਨ ਹੈਗੇ ਨੇ। ਵੀ ਵਿਲ ਗਿਵ ਸੇਮ ਸਰਵਿਸ। ਕਿਸੇ ਨੂੰ ਸਾਡੀ ਹੋਮ ਗਰੰਟੀ ਬਾਰੇ, ਕੋਈ ਪ੍ਰੋਗਰਾਮ ਬਾਰੇ ਕੁਛ ਪੁੱਛਣਾ ਹੈ, ਤਾਂ ਵੀ ਨੰਬਰ ਚੱਲ ਰਿਹਾ 5165483020। ਅਗਰ ਕਿਸੇ ਵੀ ਕਿਸਮ ਨੂੰ ਦੀ ਹੈਲਪ ਚਾਹੀਦੀ ਹੈਗੀ ਹੈ, ਕਿਸੇ ਕਿਸਮ ਕਿਸੇ ਬੰਦੇ ਨੇ ਬਾਏ ਕਰਨਾ, ਸੈਲ ਕਰਨਾ, ਕੰਸਟਰਕਟ ਕਰਨਾ, ਕਿਉਂਕਿ ਤੈਨੂੰ ਦੋ ਘਰ ਭੇਜੇ ਨੇ, ਕੈਨ ਯੂ ਸ਼ੋ ਦੈਟ, ਦੋ ਹਾਊਸਿਸ ਅਜੇ ਨਵੇਂ ਆਏ ਨੇ, ਬਿਫੋਰ ਆਈ ਜਾਂਦੇ ਜਾਂਦੇ ਦਿਖਾ ਦਈਏ ਇਹਨਾਂ ਨੂੰ, ਦੋ ਘਰ ਨਵੇਂ ਆਏ ਨੇ। ਸੁੱਕਾ ਜੀ ਬਿਜ਼ੀ ਹੋ ਗਿਆ ਕਿਤੇ। ਸੋ ਦੋ ਘਰ ਨਵੇਂ ਆਏ ਨੇ ਹਿਕਸਵਿਲ ਦੇ ਵਿੱਚ, ਤੇ ਅਗਰ ਉਹ ਦਿਖਾ ਦਿੰਦਾ ਠੀਕ ਹੈ, ਤੇ ਇੱਕ ਤਾਂ ਬਿਲਕੁਲ ਗੁਰੂ ਘਰ ਦੇ ਨੇੜੇ ਹੈਗਾ, ਹਜੇ ਮਾਰਕੀਟ 'ਚ ਨਹੀਂ ਆਇਆ, ਤੁਸੀਂ ਦੇਖਣਾ, 4 bedroom 2 car garage ਕਾਰਨਰ ਲਾਟ, ਬਿਊਟੀਫੁਲ ਹਾਊਸ ਹੈ, ਤੇ ਹਜੇ ਮਾਰਕੀਟ 'ਚ ਨਹੀਂ ਆਇਆ, ਅਗਰ ਤੁਸੀਂ ਦੇਖਣਾ, ਤੇ ਕੱਲ੍ਹ ਤਾਂ ਨਹੀਂ, ਸੰਡੇ ਮੈਂ ਉਹ ਦਿਖਾ ਰਿਹਾ ਹੈਗਾ, ਬਾਕੀ ਨੈਕਸਟ ਮੰਡੇ ਟਿਊਜ਼ਡੇ ਕਿਸੇ ਟਾਈਮ ਵੀ ਦੇਖ ਸਕਦੇ ਹਾਂ। ਇੱਕ ਹੋਰ ਘਰ ਹਾਇਆ ਹੈਗਾ 9 Gardenia Avenue ਦੇ ਉੱਤੇ, ਉਹ ਵੀ 70x7000 square foot ਦਾ ਲਾਟ ਹੈਗਾ, ਗੈਸ ਕੁਕਿੰਗ ਹੈਗੀ ਹੈ, ਸੈਂਟਰਲ ਏਅਰ ਕੰਡੀਸ਼ਨ ਹੈਗਾ, ਹਾਰਡਵੁੱਡ ਫਲੋਰ ਹੈਗੇ ਨੇ, ਉਹ ਵੀ ਮਾਰਕੀਟ ਦੇ ਵਿੱਚ ਨਵਾਂ ਆਇਆ, ਅਗਰ ਤੁਸੀਂ ਦੇਖਣਾ ਉਹਦੇ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਐਜ਼ ਆਈ ਟੋਲਡ ਯੂ ਕਿ ਸਾਡੇ ਕੋਲ ਰੋਜ਼ ਨਵੀਆਂ ਨਵੀਆਂ ਪ੍ਰਾਪਰਟੀਆਂ ਆ ਰਹੀਆਂ ਨੇ, ਤੇ ਜਿਹੜੇ ਬੰਦੇ ਬਹੁਤ ਦੇਰ ਤੋਂ ਪ੍ਰਾਪਰਟੀਆਂ ਦੇਖ ਰਹੇ ਨੇ ਤੇ ਉਹਨਾਂ ਨੂੰ ਘਰ ਨਹੀਂ ਮਿਲਿਆ, ਉਹਨਾਂ ਵਾਸਤੇ ਤਾਂ ਸਪੈਸ਼ਲ ਅਸੀਂ ਬੈਠਦੇ ਹਾਂ ਉਹਨਾਂ ਨਾਲ, ਔਰ ਬੰਦੇ ਹੈਰਾਨ ਹੁੰਦੇ ਨੇ ਕਿ ਅਸੀਂ 3-3, 6-6 ਮਹੀਨੇ ਦੂਜੇ ਬ੍ਰੋਕਰਾਂ ਨਾਲ ਕੰਮ ਕੀਤਾ, ਉਹਨਾਂ ਨੂੰ ਪ੍ਰਾਪਰਟੀਆਂ ਨਹੀਂ ਮਿਲੀਆਂ। ਅਸੀਂ ਉਹਨਾਂ ਨੂੰ ਇਹੀ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਸਾਡੇ ਕੋਲ ਫ੍ਰੀ ਕੰਸਲਟੇਸੀ ਲਓ, ਇਹਦੇ 'ਚ ਕੋਈ ਪੈਸੇ ਨਹੀਂ ਲੱਗਦੇ, ਕੋਈ ਕੁਛ ਨਹੀਂ ਹੁੰਦਾ, ਤੇ ਤੁਸੀਂ ਜਦੋਂ ਵੀ ਆਓਗੇ ਅਸੀਂ ਤੁਹਾਨੂੰ ਸੇਮ ਵੇ ਨਾਲ ਟ੍ਰੀਟ ਕਰਾਂਗੇ। ਤੇ ਕਿਸੇ ਵੀ ਬੰਦੇ ਨੂੰ ਹੈਲਪ ਚਾਹੀਦੀ ਹੈ, ਜਿੱਦਾਂ ਮੇਰਾ ਰੇਵਿੰਗ ਫੈਨ ਕਲੱਬ ਹੈਗਾ, ਉਹਦੇ ਵਿੱਚ ਜਿਹੜਾ ਵੀ ਤੁਸੀਂ ਮੈਨੂੰ ਕਸਟਮਰ ਦਿਓਗੇ, ਤੁਸੀਂ ਕਿਸੇ ਬੰਦੇ ਨੇ ਘਰ ਬਾਏ ਕਰਨਾ ਹੈ, ਸੈਲ ਕਰਨਾ ਹੈ, ਤੁਸੀਂ ਆਪਣਾ ਨਾਮ ਤੇ ਫੋਨ ਨੰਬਰ ਦੇ ਦਿਓ, ਤੇ ਉਹ ਜੇ ਮੇਰੇ ਤੋਂ ਘਰ ਲੈ ਲੇਗਾ ਜਾਂ ਮੈਂ ਉਹਦਾ ਘਰ ਵੇਚ ਦਿਆਂਗਾ, 6 ਮਹੀਨੇ ਤੱਕ ਇੱਕ ਬਿਊਟੀਫੁਲ ਗਿਫਟ ਤੁਹਾਡੇ ਘਰ ਜਾਏਗਾ। ਜੇ ਤੁਸੀਂ ਉਹ ਗਿਫਟ ਦੇ ਨਾਲ ਪਿਕਚਰ ਖਿੱਚ ਕੇ ਭੇਜੋਗੇ, ਤਾਂ ਤੁਹਾਨੂੰ ਮੈਂ ਡਿਨਰ ਤੇ ਵੀ ਆਪਣੇ ਨਾਲ, ਆਪਣੀ ਫੈਮਿਲੀ ਨਾਲ ਤੁਹਾਡੇ ਨਾਲ ਮਿਲਾਂਗਾ। ਸੋ ਇਹਨਾਂ ਸ਼ਬਦਾਂ ਨਾਲ ਸੋ ਮੈਂ ਸਾਰੇ ਬੰਦਿਆਂ ਦਾ ਧੰਨਵਾਦ ਕਰਦਾ ਹਾਂ, ਤੇ ਜਸ ਪੰਜਾਬੀ ਦਾ ਵੀ ਬੜਾ ਧੰਨਵਾਦ ਕਰਦਾ, ਤੇ ਅੱਜ ਆਪਾਂ ਨੇ ਹਰਕੀਰਤ ਨੂੰ ਮਿਲਿਆ। ਚਲੋ ਹੋ ਸਕਦਾ ਮੈਂ ਪ੍ਰੋਪਰ ਨਹੀਂ ਕਰ ਸਕਿਆ, ਬਟ ਹੋ ਸਕਦਾ ਤੁਹਾਨੂੰ ਇਹ ਜਿਹੜੀ ਜਾਣਕਾਰੀ ਹੈ ਇਹ ਚੰਗੀ ਲੱਗੇ, ਤੇ ਪਲੀਜ਼ ਲੋਕਾਂ ਨਾਲ ਸ਼ੇਅਰ ਕਰੋ, ਜਿੰਨੇ ਲੋਕਾਂ ਨੂੰ ਦੱਸੋਗੇ ਓਨੇ ਹੀ ਲੋਕਾਂ ਦੀ ਹੈਲਪ ਹੋਏਗੀ। ਇਹਨਾਂ ਸ਼ਬਦਾਂ ਨਾਲ ਮੈਂ ਸਾਰੇ ਜਸ ਪੰਜਾਬੀ ਦੇ ਦੇਖਣ ਵਾਲੇ ਸ਼ਰੋਤਿਆਂ ਦਾ ਸ਼ੁਕਰੀਆ ਅਦਾ ਕਰਦਾ, ਤੇ ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ। ਰਾਜ ਜੱਗੀ ਫਰੋਮ ਟੀਮ ਰਾਜ ਜੱਗੀ, ਯੋਰ ਹੋਮ ਸੋਲ ਗਰੰਟੀ, ਆਈ ਵਿਲ ਬਾਏ ਇਟ।